ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆਪਣੇ ਚੈਨਲ YouTube Farmer ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਗੱਲ ਕਰਨ ਲੱਗੇ ਆਂ ਮੌਸਮ ਦੇ ਸਬੰਧ ਵਿੱਚ ਕਿ 14 ਮਹੀ ਅੱਜ ਦੁਪਹਿਰ ਤੋਂ ਬਾਅਦ ਦਾ ਤੇ ਰਾਤ ਤੱਕ ਮੌਸਮ ਕਿਵੇਂ ਦਾ ਰਹੇਗਾ ਸੋ ਇਸ ਸਬੰਧੀ ਜੋ ਵੀ ਜਾਣਕਾਰੀ ਹੋਵੇਗੀ ਆਪਾਂ ਅਸਾਂ ਕੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਵੀ ਕਰ ਦਿਓ ਤੇ ਨਾਲ ਆਪਣਾ ਚੈਨਲ YouTube Farmer ਇਸ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਹੁਣ ਆਪਾਂ ਗੱਲ ਕਰਦੇ ਆਂ ਮੌਸਮ ਦੀ ਜਿਵੇਂ ਕਿ ਆਪਾਂ ਕੱਲ 13 ਮਈ ਨੂੰ ਵੀਡੀਓ ਵਿੱਚ ਦੱਸਿਆ ਸੀਗਾ ਵੀ 13 ਮਈ ਸ਼ਾਮ ਤੋਂ ਲੈ ਕੇ ਰਾਤ ਤੱਕ ਪੰਜਾਬ ਦੇ ਬਹੁਤੇ ਭਾਗਾਂ ਵਿੱਚ ਤੇਜ਼ ਹਵਾਵਾਂ ਜਨ ਹਤੂੜ ਭਰੀਆਂ ਹਨੇਰੀਆਂ ਤੇ ਨਾਲ ਮੀਂਹ ਕਣੀ ਹੋਣ ਦਾ ਵੀ ਪੂਰਾ ਅਸਰ ਹੈ ਉਸੇ ਤਰ੍ਹਾਂ ਪੰਜਾਬ ਦੇ ਇਲਾਕਿਆਂ ਵਿੱਚ ਕੱਲ ਕਾਫੀ ਇਲਾਕਿਆਂ ਵਿੱਚ ਬੱਦਲਵਾਈ ਹੋਈ ਅਤੇ ਤੇਜ਼ ਹਵਾਵਾਂ ਹਨੇਰੇ ਦੇ ਰੂਪ ਵਿੱਚ ਵੀ ਚੱਲੀਆਂ ਅਤੇ ਪੰਜਾਬ ਦੇ ਨਾਲ-ਨਾਲ ਹਰਿਆਣੇ ਅਤੇ ਰਾਜਸਥਾਨ ਦੇ ਇਲਾਕਿਆਂ ਵਿੱਚ ਵੀ ਮੀਂਹ ਦੀ ਕਾਰਵਾਈ ਹੋਈ ਸੋ ਅੱਜ 14 ਮਈ ਦੀ ਜੇ ਗੱਲ ਕਰੀਏ ਤਾਂ ਆਪਾਂ ਦੁਪਹਿਰ ਤੋਂ ਬਾਅਦ ਦਾ ਸਮਾਂ ਹੈ ਅੱਜ ਤੇ ਮੌਸਮ ਤਕਰੀਬਨ ਹਜੇ ਤੱਕ ਸਾਫ਼ ਬਣਿਆ ਹੋਇਆ ਹੈ ਤੇ ਨਾਲ-ਨਾਲ ਹਮਸ ਵਾਲੀ ਸਥਿਤੀ ਬਣੀ ਹੋਈ ਹੈ ਜਿਹੜੀ ਕਿ ਹੁਣ ਸਥਿਤੀ ਹੈ ਇਸ ਸਥਿਤੀ ਅਨੁਸਾਰ ਆਉਣ ਵਾਲੇ 2 ਤੋਂ 4 ਘੰਟਿਆਂ ਦੌਰਾਨ ਪੰਜਾਬ ਤੇ ਹਲਕੀ ਤੋਂ ਦਰਮਿਆਨੀ ਬੱਦਲਵਾਈ ਆ ਸਕਦੀ ਹੈ ਕਿਉਂਕਿ ਜਦੋਂ ਵੀ ਇਸ ਤਰ੍ਹਾਂ ਹਮਸ ਵਾਲੀ ਸਥਿਤੀ ਬਣ ਜਾਂਦੀ ਹੈ ਤਾਂ ਉਸ ਵਿੱਚ ਤੇਜ਼ ਹਵਾਵਾਂ ਚੱਲਣ ਦੇ ਅਸਰ ਬਣ ਜਾਂਦੇ ਹਨ ਤੇ ਜੇ ਆਪਾਂ ਗੱਲ ਕਰੀਏ ਵੀ 7:00 ਵਜੇ ਤੱਕ ਤਕਰੀਬਨ ਪੰਜਾਬ ਦਾ ਮੌਸਮ 7 ਤੋਂ 8 ਵਜੇ ਤੱਕ ਸਾਫ਼ ਬਣਿਆ ਰਹੇਗਾ ਅਤੇ ਇਸ ਤੋਂ ਬਾਅਦ ਜਿਹੜੇ ਪੰਜਾਬ ਦੇ ਸਰਹੱਦੀ ਇਲਾਕੇ ਹਨ ਆਪਣੇ ਪਾਕਿਸਤਾਨ ਨਾਲ ਲੱਗਦੇ ਤੇ ਰਾਜਸਥਾਨ ਦੇ ਸਰਹੱਦ ਨਾਲ ਲੱਗਦੇ ਇਲਾਕੇ ਜ਼ਿਲ੍ਹੇ ਜਿਨ੍ਹਾਂ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਫਿਰੋਜ਼ਪੁਰ ਫਾਜ਼ਿਲਕਾ ਮਾਨਸਾਹ ਬਹੁਤ ਤੇ ਮਾਨਸੇ ਦਾ ਥੋੜਾ ਜਿਹਾ ਪਛਮੀਰੀਆ ਤੇ ਇਸ ਤੋਂ ਬਾਅਦ ਅਮਰਸਰ ਤਰਨਤਨ ਸਾਹਿਬ ਤੇ ਇਨ੍ਹਾਂ ਇਲਾਕਿਆਂ ਵਿੱਚ ਆਪਣੇ ਰਾਤ ਦੇ 8 ਤੋਂ 9 ਵਜੇ ਤੱਕ ਤਕਰੀਬਨ ਹਲਕੀ ਤੋਂ ਦਰਮਿਆਨੀ ਬੱਦਲਬਾਈ ਆ ਸਕਦੀ ਹੈ ਤੇ ਨਾਲ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ ਜੇ ਆਪਾਂ بارش ਦੀ ਗੱਲ ਕਰੀਏ ਤਾਂ ਇਸ ਅੱਜ ਰਾਤ ਤੱਕ 14 ਮਈ ਦੀ ਪੰਜਾਬ ਤੇ ਤਕਰੀਬਨ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ ਇੱਕ ਦੋ ਥਾਵਾਂ ਤੇ ਹਲਕੀ ਤੋਂ ਕਣੀ ਕਮਣੀ ਛਿੱਟੇ ਪੈ ਸਕਦੇ ਹਨ ਤੇ ਜੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਜਿਵੇਂ ਕੱਲ 13 ਮਈ ਦਾ ਖਰਾਬ ਰਿਹਾ ਅੱਜ ਉਸ ਹਿਸਾਬ ਨਾਲ ਅੱਜ ਮੌਸਮ ਵਿੱਚ ਕਾਫੀ ਸੁਧਾਰ ਰਹੇਗਾ ਅਤੇ ਦਿਨ ਢਲਣ ਤੋਂ ਬਾਅਦ ਪਛਮੀ ਹਵਾਵਾਂ ਜੋ ਕਿ ਪੰਜਾਬ ਵਿੱਚ ਚੱਲ ਸਕਦੀਆਂ ਹਨ ਜੋ ਕਿ ਹਲਕੀ ਤੋਂ ਦਰਮਿਆਨੀ ਗਤੀ ਦੀਆਂ ਹੋਣਗੀਆਂ ਕੋਈ ਜ਼ਿਆਦਾ ਤੇਜ਼ ਹਨੇਰੀ ਦੇ ਚਾਂਸ ਹਜੇ ਨਾ ਮਾਤਰ ਹਨ ਜੇ ਇਸ ਜ਼ਬੰਦ ਵਿੱਚ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਉਹ ਤੁਹਾਡੇ ਨਾਲ ਆਪਾਂ ਕਮੈਂਟ ਵਿੱਚ ਸਾਂਝੀ ਕਰ ਦੇਵਾਂਗੇ ਫਿਲਹਾਲ ਜੋ ਹੁਣ ਦੇ ਅਸਾਰ ਹਨ ਉਹਨਾਂ ਦੇ ਅਨੁਸਾਰ ਪੰਜਾਬ ਦੇ ਤਕਰੀਬਨ ਰਾਤ ਤੱਕ ਹਲਕੀ ਤੋਂ ਦਰਮਿਆਨੀ ਬੱਦਲਬਾਈ ਆ ਸਕਦੀ ਹੈ ਤੇ ਨਾਲ ਨਾਲ ਇੱਕ ਦੋ ਥਾਵਾਂ ਤੇ ਜਿਹੜੇ ਸਰਹੱਦੀ ਇਲਾਕੇ ਹਨ ਉਹਨਾਂ ਤੇ ਛਿੱਟੇ ਪੈ ਸਕਦੇ ਹਨ ਤੇ ਬਾਕੀ ਪੰਜਾਬ ਵਿੱਚ ਮੌਸਮ ਤਕਰੀਬਨ ਠੀਕ ਜਿਹਾ ਬਣਿਆ ਰਹੇਗਾ ਹਲਕੀ ਟੁੱਟਵੀਂ ਬੱਦਲਬਾਈ ਹੋ ਸਕਦੀ ਹੈ ਤੇ ਨਾਲ ਮੱਧਮ ਗਤੀ ਦੀਆਂ ਹਵਾਵਾਂ ਚੱਲ ਸਕਦੀ ਹੈ ਸੋ ਅਗਲੀ ਜਾਣਕਾਰੀ ਵਿੱਚ ਅਗਲੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਧੰਨਵਾਦ ਜੀ